ਮੁੰਡਾ ਬੜੀਆਂ ਵਲਦਾਰ ਗੱਲਾਂ ਕਰਨ ਡਿਆ। ਲੱਗਦਾ ਇਹਦਾ ਭਾਵਾਂ ਨਾਲ ਪੱਕਾ ਸੰਬੰਧ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਆਸ਼ੀਸ਼ ਦੁੱਗਲ। ਇਹ ਮੇਰੀ ਪਹਿਲੀ ਸ਼ਾਰਟ ਫਿਲਮ ਹੈ। ਸੰਧੂ ਸਾਹਿਬ ਨੱਤੇ ਸੰਧੂ ਡਾਇਰੈਕਟ ਕਰ ਰਹੇ ਨੇ। ਫਿਲਮ ਦਾ ਨਾਂ ਹੈ ਜੀ ਗੁਆਚੀ ਪੱਖ। ਬਹੁਤ ਹੀ ਸੈਂਸਿਟਿਵ, ਬਹੁਤ ਹੀ ਇਮੋਸ਼ਨਲ ਸਬਜੈਕਟ ਹੈ। ਬੜੀ ਦੇਰ ਬਾਅਦ ਮੌਕਾ ਮਿਲਿਆ ਕਿ ਇੱਕ ਡਿਫਰੈਂਟ ਤਰ੍ਹਾਂ ਦਾ ਕੰਮ ਕਰਨ ਦਾ। ਬੜਾ ਪਿਆਰਾ ਐਕਸਪੀਰੀਅੰਸ ਹੈ ਮੇਰੇ ਲਈ। ਤੂੰ ਆਰਾਮ ਕਰ ਕਾਕਾ, ਕਰਦਾ ਤੇਰੀ ਪੱਗ ਦਾ ਬੰਦੋਬਸਤ। ਮੈਂ ਜੀ ਗੁਆਚੀ ਪੱਗ 'ਚ ਬਲਾਵਰ ਸਿੰਘ ਜੋ ਪੁਲਿਸ ਆਫਿਸਰ ਹੈ, ਮੋਸਟਲੀ ਤੁਹਾਨੂੰ ਪਤਾ ਕਿ ਉਸ ਦੌਰ 'ਚ ਪੁਲਿਸ ਨੇ ਬਹੁਤ ਜ਼ਿਆਦਾ ਕੀਤੀਆਂ। ਪਰ ਇਹ ਕਰੈਕਟਰ ਕਰਦੇ ਵਕਤ ਮੈਨੂੰ ਇੱਕ ਪਰਸਨਲ ਲੈਵਲ 'ਤੇ, ਬਿਕੋਜ਼ ਆਈ ਫਰੋਮ ਸਿੱਖ ਫੈਮਿਲੀ, ਆਪਣੀ ਜਦੋਂ ਮੈਂ ਪੱਗ ਬਾਰੇ ਸੋਚਦੇ ਹਾਂ ਅਤੇ ਉਹ ਉੱਦਾਂ ਦੇ ਸੀਨ ਕਰਦੇ ਹੋਏ, ਇਮੋਸ਼ਨਲ ਸੀਨ ਕਰਦੇ ਹੋਏ, ਮਤਲਬ ਅਹਿਸਾਸ ਹੁੰਦਾ ਹੈ ਇੱਕ ਬੰਦੇ ਨੂੰ ਕਿ ਯਾਰ ਹਾਂ, ਮੈਂ ਕੋਈ ਇੱਕ ਵਧੀਆ ਕੰਮ ਕਰ ਰਿਹਾ। ਗੁਰੂ ਦਾ ਪੱਕਾ ਸਿੱਖ ਹੈ। ਪੱਗਲੀ ਇੰਨਾ ਸਤਿਕਾਰ। ਇਹ ਐਕਚੁਅਲੀ ਗੁਆਚੀ ਪੱਗ, ਪੱਗ ਦਾ ਆਪਾਂ ਸਾਰੇ ਸਮਝਦੇ ਹਾਂ, ਦਸਤਾਰ, ਔਨਰ, ਉਸ 'ਤੇ ਬੇਸ ਹੈ ਪੂਰੀ ਕਹਾਣੀ। ਔਰ ਬਹੁਤ ਹੀ ਇਮੋਸ਼ਨਲ ਕਹਾਣੀ ਹੈ। ਔਰ 1980 ਦੇ ਆਸ ਪਾਸ ਦੀ ਜੋ ਕਹਾਣੀ ਹੈ ਕਿ ਸਿੱਖ ਕਮਿਊਨਿਟੀ ਦੇ ਲਈ ਪੱਗ ਕੀ ਚੀਜ਼ ਹੈ, ਔਨਰ ਕੀ ਚੀਜ਼ ਹੈ, ਦਸਤਾਰ ਕੀ ਚੀਜ਼ ਹੈ, ਕਿੰਨੀ ਅਹਿਮੀਅਤ ਹੈ ਉਹਦੀ। ਔਰ ਉਹ ਬਹੁਤ ਅੱਛੀ ਤਰ੍ਹਾਂ ਫਿਲਮਾਇਆ ਗਿਆ ਬਾਅਦ 'ਚ। ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ? ਮੈਂ ਇੱਕ ਗੁਜ਼ਾਰਿਸ਼ ਹੋਰ ਕਰਨਾ ਚਾਹੁੰਦਾ ਜੀ ਕਿ ਵੈਸੇ ਤਾਂ ਅੱਜ ਕੱਲ੍ਹ ਬਹੁਤ ਅੱਛਾ ਸਿਨੇਮਾ ਬਣ ਰਿਹਾ, ਪਰ ਜਿੱਦਾਂ ਅਸੀਂ ਵੀ ਹੁਣ ਇਹ ਸ਼ੋਰਟ ਫਿਲਮ ਬਣਾਈ ਹੈ, ਪਰ ਚੰਗੇ ਕੰਮ ਨੂੰ ਜੇ ਅਸੀਂ ਐਪਰੀਸ਼ੀਏਟ ਕਰਾਂਗੇ, ਠੀਕ ਹੈ, ਤਾਂ ਹੀ ਹੋਰ ਚੰਗਾ ਕੰਮ ਤੁਹਾਨੂੰ ਦੇਖਣ ਨੂੰ ਮਿਲੇਗਾ। ਅਤੇ ਮੇਰੀ ਇਹ ਗੁਜ਼ਾਰਿਸ਼ ਹੈ ਕਿ ਜਦੋਂ ਵੀ ਕੋਈ ਚੰਗੀਆਂ ਫਿਲਮਾਂ ਆਉਂਦੀਆਂ ਤਾਂ ਤੁਸੀਂ ਉਹਨੂੰ ਦੇਖੋ, ਉਹਨੂੰ ਐਪਰੀਸ਼ੀਏਟ ਕਰੋ, ਕ੍ਰਿਟੀਸਾਈਜ਼ ਕਰੋ, ਪਰ ਦੇਖੋ ਜ਼ਰੂਰ ਉਹਨੂੰ। ਅਤੇ ਮੈਂ ਇਸ ਲਈ ਵਧਾਈ ਦਾ ਪਾਤਰ ਜੋ ਮੈਂ ਸਾਡਾ ਜੋ ਮੈਨੂੰ ਨਜ਼ਰ ਆ ਰਿਹਾ ਨੱਤੇ ਸੰਧੂ, ਜਿਨ੍ਹਾਂ ਦੀ ਪੰਜਵੀਂ ਫਿਲਮ ਹੈ, ਅਤੇ ਮੈਂ ਚਾਹੂੰਗਾ ਕਿ ਅੱਗੇ ਵੀ ਚੰਗਾ ਕੰਮ ਕਰਨ। ਇੱਦਾਂ ਦਾ ਕੰਮ ਕਰਨ ਲਈ ਡੈਡੀਕੇਸ਼ਨ ਦੀ ਬਹੁਤ ਜ਼ਰੂਰਤ ਹੁੰਦੀ ਹੈ, ਅਤੇ ਉਹ ਡੈਡੀਕੇਸ਼ਨ ਤਾਂ ਹੀ ਬਰਕਰਾਰ ਰਹੂਗੀ ਜੇ ਉਹਨੂੰ ਆਪਾਂ ਐਪਰੀਸ਼ੀਏਟ ਕਰਾਂਗੇ। ਸੋ ਪਲੀਜ਼, ਜਿੱਦਾਂ ਹੀ ਫਿਲਮ ਆਉਂਦੀ ਹੈ ਤੁਹਾਨੂੰ ਜ਼ਰੂਰ ਦੇਖਿਓ, ਤਾਂ ਜੋ ਹੋਰ ਅੱਛੀਆਂ ਫਿਲਮਾਂ ਬਣਾਉਣ ਵਾਲੇ ਸਮਝ ਆ ਸਕੇ।